ਸਤਨਾਮ ਸ੍ਰੀ ਵਾਹਿਗੁਰੂ ਸਤਨਾਮ ਸ੍ਰੀ ਵਾਹਿਗੁਰੂ ਸਤਨਾਮ ਸ੍ਰੀ ਵਾਹਿਗੁਰੂ ਵਾਹਿਗੁਰੂ ਧੰਨ ਵਾਹਿਗੁਰੂ ਵਾਹਿਗੁਰੂ ਧੰਨ ਵਾਹਿਗੁਰੂ 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 ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪੁੱਤਰਾਂ ਦੇ ਦਾਨੀ ਧੰਨ ਧੰਨ ਬਾਬਾ ਬੁੱਢਾ ਸਾਹਿਬ ਜੀ ਦਾ ਸਾਲਾਨਾ ਜੋੜ ਮੇਲਾ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਬੜੀ ਹੀ ਸ਼ਰਧਾ ਅਤੇ ਭਾਵਨਾ ਦੇ ਨਾਲ ਮਨਾਇਆ ਜਾ ਰਿਹਾ ਹੈ। ਦੇਖ ਸਕਦੇ ਜੋ ਤਸਵੀਰਾਂ ਜਿਹੜੀਆਂ ਕਿ ਦਰਬਾਰ ਸਾਹਿਬ ਨੂੰ ਫੁੱਲਾਂ ਨਾਲ ਸਜਾਇਆ ਗਿਆ ਹੈ ਔਰ ਵੇਖਣ ਨੂੰ ਮਿਲਦਾ ਹੈ ਕਿ ਇੱਥੇ ਜੋ ਧੀ ਅਤੇ ਪੁੱਤਰ ਦੀ ਦਾਤ ਜਿਹੜੀ ਮੰਗਦੇ ਨੇ ਤਾਂ ਉਹ ਦਾਤ ਜਿਹੜੀ ਆ ਮਿਲਦੀ ਹੈ ਔਰ ਮਿੱਸੇ ਪ੍ਰਸ਼ਾਦੇ ਔਰ ਗੰਢਾ ਜਿਹੜਾ ਕਿ ਇਸ ਪ੍ਰਸ਼ਾਦ ਵਜੋਂ ਦਿੱਤਾ ਜਾਂਦਾ ਹੈ ਤਾਂ ਉਸ ਤੋਂ ਬਾਅਦ ਜਿਹੜੀ ਕਿ ਧੀ ਅਤੇ ਪੁੱਤਰ ਦੀ ਪ੍ਰਾਪਤੀ ਜਿਹੜੀ ਆ ਉਹ ਹੁੰਦੀ ਹੈ ਔਰ ਅੱਜ ਵੇਖਣ ਨੂੰ ਮਿਲਿਆ ਕਿ ਹਜ਼ਾਰਾਂ ਅਤੇ ਲੱਖਾਂ ਸ਼ਰਧਾਲੂ ਗੁਰੂ ਸਾਹਿਬ ਦੇ ਪਹੁੰਚ ਕੇ ਨਤਮਸਤਕ ਹੋ ਰਹੇ ਉਹਨਾਂ ਦਾ ਆਸ਼ੀਰਵਾਦ ਪ੍ਰਾਪਤ ਜਿਹੜਾ ਵਾ ਉਹ ਕਰ ਰਹੇ ਨੇ। ਸਤਨਾਮ ਸ੍ਰੀ ਵਾਹਿਗੁਰੂ ਸਤਨਾਮ ਸ੍ਰੀ ਵਾਹਿਗੁਰੂ ਵਾਹਿਗੁਰੂ ਧੰਨ ਵਾਹਿਗੁਰੂ ਵਾਹਿਗੁਰੂ ਧੰਨ ਵਾਹਿਗੁਰੂ ਵਾਹਿਗੁਰੂ। ਇਸ ਸਾਲਾਨਾ ਜੋੜ ਮੇਲੇ ਤੇ ਬਾਬਾ ਬੁੱਢਾ ਸਾਹਿਬ ਦੀ ਯਾਦ ਦੇ ਵਿੱਚ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਪਿਛਲੇ ਸਾਲਾਂ ਨੂੰ ਵੀ ਵੱਧ ਤੇ ਪਿਛਲੇ ਸਾਲ ਉਦੋਂ ਪਿਛਲੇ ਸਾਲ ਨੂੰ ਵੱਧ ਭਾਵ ਇੱਕ ਸਾਲ ਤੋਂ ਦੂਜੇ ਸਾਲ ਸੰਗਤ ਦਾ ਵਾਧਾ ਤੇ ਇਹ ਗੁਰੂ ਘਰ ਨਾ ਇਹ ਗੁਰੂ ਨਾ ਇਹ ਬਾਬੇ ਗੁਰੂ ਨਾ ਜਿਹਨੇ ਸਾਡੀਆਂ ਛਿਆਂ ਪਾਤਸ਼ਾਹੀਆਂ ਨੂੰ ਪੰਜਵੀਂ ਪਾਤਸ਼ਾਹੀ ਤੱਕ ਛੇਵੀਂ ਤੱਕ ਸ੍ਰੀ ਹਰਿਮੰਦਰ ਸਾਹਿਬ ਤੱਕ ਗੁਰੂ ਨਾਨਕ ਸੱਚੇ ਪਾਤਸ਼ਾਹ ਨੇ ਇਹਨਾਂ ਨੂੰ 12 ਸਾਲ ਦੀ ਅਵਸਥਾ ਦੇ ਵਿੱਚ ਜਦੋਂ ਉਹਨਾਂ ਦੀ ਸੇਵਾ ਭਾਵਨਾ ਵੇਖ ਉਹਨਾਂ ਨੂੰ ਆਪਣੇ ਗੱਲ ਨਾਲ ਲਾਇਆ ਸੀ ਇਹਨਾਂ ਨੂੰ ਬਾਬੇ ਦਾ ਖਿਤਾਬ ਦਿੱਤਾ ਤੇ ਉਹ ਤੋਂ ਬਾਅਦ ਸ੍ਰੀ ਹਰਿਮੰਦਰ ਸਾਹਿਬ ਤੱਕ ਛੇਵੀਂ ਪਾਤਸ਼ਾਹੀ ਤੱਕ ਛੇਵੀਂ ਜੂਨ ਤੱਕ ਇਹਨਾਂ ਛਿਆਂ ਪਾਤਸ਼ਾਹੀਆਂ ਨੂੰ ਤਿਲਕ ਲਾਇਆ ਤੇ ਉਹਨਾਂ ਦੀ ਗੱਦੀ ਤੇ ਉਹਨਾਂ ਨੂੰ ਬੜਾਜਮਾਨ ਕੀਤਾ। ਇਹ ਕੋਈ ਦੁਨੀਆਂ ਭਰ ਤੋਂ ਸੰਗਤ ਇੱਥੇ ਆਉਂਦੀ ਆ ਤੇ ਆਪਣੀਆਂ ਮੁਰਾਦਾਂ ਲੈ ਕੇ ਆਉਂਦੀ ਆ। ਬਾਬਾ ਬੁੱਢਾ ਜੀ ਨੂੰ ਪੁੱਤਰਾਂ ਦੇ ਦਾਨੀ ਕਿਹਾ ਜਾਂਦਾ ਵਾ ਤੇ ਜੋ ਹੂ ਲੋਕਾਂ ਦੀ ਪ੍ਰਤੱਖ ਤੇ ਪ੍ਰਮਾਣ ਹੀ ਨੇ ਲੋਕਾਂ ਦੀ ਹਰ ਆਸਥਾ ਪੂਰੀ ਹੁੰਦੀ ਆ। ਲੋਕੀ ਇੱਥੇ ਸੰਗਤ ਦੇ ਰੂਪ ਦੇ ਵਿੱਚ ਗੁਰਸਿੱਖ ਦੇ ਰੂਪ ਦੇ ਵਿੱਚ ਆ ਕੇ ਆਪਣੀਆਂ ਕਾਮਨਾਵਾਂ ਜਿਹੜੀਆਂ ਪੂਰੀਆਂ ਆਪਣੀਆਂ ਉਹਨਾਂ ਦੀਆਂ ਹੁੰਦੀਆਂ ਕਰਕੇ ਵੀ ਆਉਂਦੇ ਆ। ਸੰਗਤ ਦਰਸ਼ਨ ਦਾਰੇ ਗੁਰੂ ਮਹਾਰਾਜ ਦੇ ਗੁਰੂ ਬਾਬਾ ਜੀ ਦੇ ਆਪ ਕਰਕੇ ਜਾਂਦੇ ਆ ਇੱਥੇ ਉਹਨਾਂ ਨੂੰ ਆਪਣੇ ਜਿਤਨਾ ਦਿਲੀ ਪਿਆਰ ਦੇ ਕੇ ਜਾਂਦੇ ਆ ਉਹਨਾਂ ਦਾ ਸਤਿਕਾਰ ਵਜੋਂ ਲੱਖਾਂ ਦੀ ਤਾਦਾਦ ਵਿੱਚ ਲੋਕ ਇੱਥੇ ਇਕੱਤਰ ਹੁੰਦੇ। ਇਸ ਤਰ੍ਹਾਂ ਦੀ ਤਿਆਰੀ ਕੀਤੀ ਬਹੁਤ ਤਿਆਰੀਆਂ ਜਿਹੜੀਆਂ ਤਿਆਰੀਆਂ ਮੇਲੇ ਵਿੱਚ ਚਾਹੀਦੀਆਂ ਲੋਕਾਂ ਦੀ ਨੂੰ ਸਹੀ ਸੌਖਾ ਇਸ ਗੁਰੂ ਘਰ ਤੱਕ ਪਹੁੰਚਾਉਣ ਵਾਸਤੇ ਬਾਬਾ ਜੀ ਦੇ ਦਰਸ਼ਨ ਕਰਨ ਵਾਸਤੇ ਗੁਰੂ ਮਹਾਰਾਜ ਦਰਸ਼ਨ ਕਰਨ ਵਾਸਤੇ ਇੱਥੇ ਜੋ ਇੱਥੇ ਦੀਵਾਨ ਲੱਗਣੇ ਉਹਨਾਂ ਚ ਸ਼ਿਰਕਤ ਕਰਨ ਵਾਸਤੇ ਜੋ ਲੰਗਰ ਲੱਗਣੇ ਉਹਨਾਂ ਚ ਪਹੁੰਚ ਕਰਨ ਵਾਸਤੇ ਜੋ ਵੀ ਸਹੂਲਤਾਂ ਚਾਹੀਦੀਆਂ ਸਾਰੀਆਂ ਸਹੂਲਤਾਂ ਪ੍ਰੋਵਾਈਡ ਕੀਤੀਆਂ। ਕਿੰਨੇ ਕੇ ਮਤਲਬ ਸੰਗਤ ਆਉਣ ਦੀ ਸੰਭਾਵਨਾ? ਕੋਈ ਗਿਣਤੀ ਨਹੀਂ ਜੀ, ਲੱਖਾਂ ਤੋਂ 1 ਲੱਖ ਦੀ ਗੱਲ ਕਰਾਂ ਤੇ ਸਰ ਜਾਵੇ, 2 ਦੀ ਕਰਾਂ ਸਰ, ਇੱਥੇ ਪਤਾ ਨੀ ਕਿੰਨੇ ਲੱਖ ਲੋਕ ਆ ਜਾਂਦੇ, 50 ਲੱਖ ਵੀ ਆ ਸਕਦਾ, 40 ਲੱਖ ਵੀ ਆ ਸਕਦਾ, ਕਰੋੜ ਵੀ ਆ ਸਕਦਾ। ਇੱਥੇ ਕੋਈ ਗਿਣਤੀ ਤੇ ਗਿਣ ਕੇ ਵੇਖੋ ਨਾ, ਕੋਈ 5-6 ਮੀਲਾਂ ਤੋਂ ਤੁਰ ਪਾ, ਕੋਈ ਉੱਥੇ ਨੀ ਗਿਣਤੀ ਕਰ ਸਕਦਾ, ਇੱਥੇ ਤਾਂ ਆਪਾਂ ਕੀ ਕਰ ਲੈਣੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਬਾਬਾ ਬੁੱਢਾ ਸਾਹਿਬ ਜੀ ਦਾ ਸਾਲਾਨਾ ਸਮਾਗਮ ਚੱਲ ਰਿਹਾ। ਦੇਖੋ ਅਸੀਂ ਪਿਛਲੇ ਸਾਲ ਅਰਦਾਸ ਕੀਤੀ ਸੀ, ਸਾਨੂੰ ਪੁੱਤਰ ਦੀ ਦਾਤ ਮਿਲੀ ਆ ਤੇ ਅਸੀਂ ਆਪਣੇ ਬੱਚੇ ਨੂੰ ਇੱਥੇ ਮੱਥਾ ਟਿਕਾਉਣ ਆਉਂਦੇ ਹਾਂ। ਇੱਥੇ ਜਿਹੜਾ ਵੀ ਅਰਦਾਸ ਕਰਦਾ ਉਹਦੀਆਂ ਮਨੋਕਾਮਨਾ ਪੂਰੀਆਂ ਹੁੰਦੀਆਂ। ਮਿੱਛੇ ਪ੍ਰਸ਼ਾਦੇ ਤੇ ਅਸੀਂ ਇੱਥੇ ਪਿਛਲੀ ਵਾਰ ਮਿੱਸੇ ਪ੍ਰਸ਼ਾਦੇ ਸਿੱਖੇ ਸੀ ਤੇ ਅਸੀਂ ਅੱਜ ਮਿੱਸੇ ਪ੍ਰਸ਼ਾਦੇ ਲੈ ਕੇ ਆਏ ਹਾਂ ਤੇ ਬਾਬਾ ਜੀ ਦੀ ਅਰਦਾਸ ਬੇਨਤੀ ਕੀਤੀ ਹੈ ਕਿ ਉਹਨਾਂ ਸਾਡੀ ਮਨੋਕਾਮਨਾ ਪੂਰੀ ਕੀਤੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਕਾ ਫਤਿਹ। ਇਸ ਸਾਲਾਨਾ ਜੋੜ ਮੇਲਾ ਬਾਬਾ ਬੁੱਢਾ ਸਾਹਿਬ ਜੀ ਦਾ ਜਿਹੜਾ ਹੈ ਉਹ ਚੱਲ ਰਿਹਾ ਹੈ। ਇੱਥੇ ਅਸੀਂ ਪਿਛਲੇ ਸਾਲ ਆਏ ਸੀਗੇ, ਅਸੀਂ ਆਪਦੀ ਅਰਦਾਸ ਬੇਨਤੀ ਕੀਤੀ ਸੀਗੀ ਤੇ ਸਾਡੀ ਮਨੋਕਾਮਨਾ ਪੂਰੀ ਹੋਈ ਆ, ਸਾਨੂੰ ਚੰਗੀ ਦੀ ਦਾਤ ਬਖਸ਼ਿਸ਼ ਕੀਤੀ ਆ ਤੇ ਹਰ ਇੱਥੇ ਸੰਗਤ ਬਹੁਤ ਹੀ ਸ਼ਰਧਾ ਭਾਵਨਾ ਆਉਣਾ ਆਉਂਦੀ ਆ ਤੇ ਉਹਨਾਂ ਦੀ ਜਿਹੜੀ ਆ ਸ਼ਰਧਾ ਜੋ ਵੀ ਆਪਦੀ ਮਨੋਕਾਮਨਾ ਲੈ ਕੇ ਆਉਂਦਾ ਹੈ ਉਹਨਾਂ ਦੀ ਪੂਰੀ ਹੁੰਦੀ ਆ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਿਜੇ ਕੁਮਾਰ, ਜਗਬਾਣੀ ਟੀਵੀ, ਤਰਨ ਤਾਰਨ।